कनाडा पोस्ट की यूनियन 25 महीने स्ट्राइक पर जा रही है। कनाडा पोस्ट के अधिकारियों के की इशू हैं ये दसन लई आ साडे स्टूडियो विच कनाडा पोस्ट तो अंजू परमार जी आए हुए हैं। आओ सुनते हैं उन्हां दी ये गलबात। जी अनु अंजू परमार जी साडे स्टूडियो विच। थैंक यू अंजू जी। सब तो पहला अपनी यूनियन का नाम तो यूनियन दे विच तुहाडी पोजीशन की हैगी आ ओदे बारे साडे दर्शकां नूं जरूर दसो जी। ਸਾਡੇ ਯੂਨੀਅਨ ਦਾ ਨਾਂ ਹੈਗਾ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ। ਹਾਂਜੀ। ਐਂਡ ਮੇਰੀ ਪੋਜੀਸ਼ਨ ਹੈਗੀ ਆ ਵੈਨਕੂਵਰ ਲੋਕਲ ਚ ਮੈਂਬਰ ਆਫ ਐਗਜ਼ੈਕਟਿਵ। ਹਾਂਜੀ। ਐਂਡ ਔਨ ਦਾ ਵਰਕ ਫਲੋਰ ਮੇਰਾ ਹੈਗਾ ਜਿਹਦਾ ਟਾਈਟਲ ਚੀਫ ਸ਼ਾਪ ਸਟੂਡ। ਤੇ ਤੁਹਾਡੀ ਯੂਨੀਅਨ ਦਾ ਮੁੱਖ ਕੰਮ ਕੀ ਹੈਗਾ ਜੀ? ਸਾਡੀ ਯੂਨੀਅਨ ਦੇ ਵਿੱਚ ਸਾਰੇ ਜਿਹਦਾ ਲੈਟਰ ਏਰੀਅਸ ਜਿਹਦਾ ਬਾਹਰ ਜਿਹੜੇ ਡਿਲੀਵਰ ਕਰਦੇ ਆ ਮੇਲ, ਦੈਨ ਐਮਐਸਸੀਸ ਹੈਗੇ ਆ ਜਿਹਦਾ ਜਿਹੜੇ ਡਰਾਈਵ ਕਰਦੇ ਆ, ਤਾਂ ਅਸੀਂ ਅੰਦਰ ਪੀਓ4ਸ 5ਸ ਜਿਹਦਾ ਅਸੀਂ ਹੈਗੇ ਆ ਸੋਰਟ ਕਰਦੇ ਆ। ਜਾਣੀ ਕਿ ਡਾਕ ਦੇ ਨਾਲ ਸੰਬੰਧਿਤ ਜਿੰਨਾ ਵੀ ਮਹਿਕਮਾ ਹੈਗਾ ਉਹ ਸਾਰਾ ਇਸ ਯੂਨੀਅਨ ਦੇ ਵਿੱਚ ਆਉਂਦਾ। ਹਾਂਜੀ। ਤੇ ਇਹਦੇ ਕਿੰਨੇ ਕੁ ਮੈਂਬਰ ਹੈਗੇ ਜੀ? ਸਾਡੇ ਆਲ ਟੁਗੇਦਰ ਕੋਸਟ ਟੂ ਕੋਸਟ 54,000 ਮੈਂਬਰ ਹੈਗੇ ਆ। ਤੇ ਜਾਣੀ ਕਿ ਸਾਰੇ ਕੈਨੇਡਾ ਦੇ ਵਿੱਚ 54,000 ਇਹਦੇ ਮੈਂਬਰ ਹੈਗੇ ਹਨ। ਹਾਂਜੀ। ਹੁਣ ਸਟ੍ਰਾਈਕ ਤੇ ਜਾਣ ਦਾ ਮੁੱਖ ਕਾਰਨ ਕੀ ਹੈ ਜੀ? ਸਾਡੇ ਜਿਹਦੇ ਦੋ ਇਸ਼ੂਜ਼ ਮੇਨ ਇਸ਼ੂਜ਼ ਆ ਜਿਹੜੇ ਸਟ੍ਰਾਈਕ ਤੇ ਜਾਣਾ ਹੈ। ਹਾਂਜੀ। ਪਹਿਲਾ ਹੈਗਾ ਟੂ ਟੀਅਰ ਸਿਸਟਮ ਤੇ ਦੂਸਰਾ ਹੈਗਾ ਐਸਟੀਡੀ ਪਲਾਨ। ਟੂ ਟੀਅਰ ਸਿਸਟਮ ਕੀ ਹੈਗਾ ਜੀ? ਟੂ ਟੀਅਰ ਸਿਸਟਮ ਦੇ ਵਿੱਚ ਜਿੱਦਾਂ ਹੁਣ ਸਾਡੀ ਕਾਰਪੋਰੇਸ਼ਨ ਕਹਿੰਦੀ ਆ ਵੀ ਜਿੰਨੇ ਵੀ ਉਹ ਨਵੇਂ ਬੰਦੇ ਹਾਇਰ ਕਰੂਗੇ ਉਹਨਾਂ ਨੂੰ ਘੱਟ ਜਿੱਦਾਂ ਲੋ ਵੇਜਿਸ 'ਤੇ ਹਾਇਰ ਕਰੂਗੇ। ਸੋ ਸਾਡੀ ਯੂਨੀਅਨ ਨਹੀਂ ਚਾਹੁੰਦੀ ਹੈਗੀ ਵੀ ਜਿੱਦਾਂ ਅਸੀਂ ਸਾਰੇ ਇਕੁਅਲ ਕੰਮ ਕਰੀਏ ਤਾਂ ਉਹਨਾਂ ਨੂੰ ਘੱਟ ਵੇਜ ਮਿਲੇ। ਯਾਨੀ ਕਿ ਗਵਰਨਮੈਂਟ ਚਾਹੁੰਦੀ ਆ ਕਿ ਜਿਹੜੇ ਨਵੇਂ ਵਰਕਰ ਰੱਖੇ ਜਾਣ ਉਹਨਾਂ ਨੂੰ ਘੱਟ ਤਨਖਾਹ ਦਿੱਤੀ ਜਾਊਗੀ। ਹਾਂਜੀ। ਅਤੇ ਜਿਹੜੇ ਪੁਰਾਣੇ ਆ ਉਹਨਾਂ ਨੂੰ ਜ਼ਿਆਦਾ ਦਿੱਤੀ ਜਾਊਗੀ। ਹਾਂਜੀ। ਜਦਕਿ ਪਹਿਲਾਂ ਹੈਗਾ ਕਿ ਚਾਹੇ ਨਵਾਂ ਆ ਚਾਹੇ ਪੁਰਾਣਾ ਆ ਵਰਕਰ ਵੀ ਉਹਨੂੰ ਸੇਮ ਤਨਖਾਹ ਦਿੱਤੀ ਜਾਂਦੀ ਸੀ। ਹਾਂਜੀ। ਅਤੇ ਐਸਟੀਡੀ ਜਿਹੜਾ ਹੈਗਾ ਸਿਸਟਮ ਇਹ ਕੀ ਹੈਗਾ ਜੀ? ਐਸਟੀਡੀ ਪਲਾਨ ਇਹ ਨਵਾਂ ਜਿੱਦਾਂ ਕਾਰਪੋਰੇਸ਼ਨ ਉਹ ਇੰਟਰੋਡਿਊਸ ਕਰਨਾ ਚਾਹੁੰਦੀ ਆ। ਹਾਂਜੀ। ਹੁਣ ਸਾਡੇ ਕੋਲ ਜਿੱਦਾਂ ਰਾਈਟ ਨਾ ਉਹ 15 ਦਿਨ ਆ ਸਾਲ ਦੇ ਅਸੀਂ ਲੈ ਸਕਦੇ ਹਾਂ ਸਿਕ ਡੇਜ ਯੂਜ਼ ਕਰ ਸਕਦੇ ਹਾਂ, ਜੇ ਅਸੀਂ ਨਹੀਂ ਯੂਜ਼ ਕਰਦੇ ਤਾਂ ਅਸੀਂ ਉਹ ਸੇਵ ਕਰ ਲੈਂਦੇ ਹਾਂ। ਪਰ ਉਹ ਜਿੱਦਾਂ ਕਾਰਪੋਰੇਸ਼ਨ ਬਿਲਕੁਲ ਹਟਾਉਣਾ ਚਾਹੁੰਦੀ ਆ ਤਾਂ ਐਸਟੀਡੀ ਪਲਾਨ ਸ਼ੋਰਟ ਟਰਮ ਡਿਸੇਬਿਲਿਟੀ ਆ ਇਹਦਾ ਪੂਰਾ ਨਾਂ। ਠੀਕ ਹੈ। ਤਾਂ ਇਹਦੇ ਵਿੱਚ ਜੇ ਤੁਸੀਂ ਸਿੱਕ ਜਿੱਦਾਂ 1-2 ਦਿਨ ਲਈ ਹੁੰਦੇ ਆ ਉਹ ਲੀਵ ਵਿਦਆਊਟ ਪੇ ਲੈਣਾ ਪਊਗਾ। ਜੇ 2-3 ਵੀਕ ਜਾਂ ਜ਼ਿਆਦਾ ਟਾਈਮ ਲਈ ਜਿੱਦਾਂ ਸਿੱਕ ਹੋ ਜਾਂਦੇ ਆ ਤੁਸੀਂ ਜਾਂ ਕੋਈ ਡਿਸੇਬਿਲਿਟੀ ਹੋ ਜਾਂਦੀ ਆ ਫਿਰ ਤੁਹਾਨੂੰ EI 'ਤੇ ਜਾਣਾ ਪੈਂਦਾ। ਠੀਕ ਹੈ ਜੀ। ਪਹਿਲਾਂ ਜਾਣੀ ਕਿ ਤੁਹਾਡੇ ਕੋਲ 15 ਦਿਨ ਸੀਗੇ ਸਿੱਕ ਲੀਵ ਦੇ ਤੇ ਹੁਣ ਉਹ ਬਿਲਕੁਲ ਖਤਮ ਕਰ ਦਿੱਤੇ ਹੈ। ਹਾਂਜੀ। ਕਰ ਉਹ ਚਾਹੁੰਦੇ ਆ ਕਰਨਾ ਹਜੇ ਹੋਏ ਨਹੀਂ ਹੈਗੇ। ਹਾਂਜੀ। ਠੀਕ ਹੈ ਜੀ। ਅਤੇ ਇਹ ਗਵਰਨਮੈਂਟ ਦਾ ਜਿਹੜਾ ਅਦਾਰਾ ਹੈ ਘਾਟੇ 'ਚ ਜਾ ਰਿਹਾ ਇਸ ਕਰਕੇ ਇਹ ਕਰ ਰਿਹਾ ਜਾਂ ਕੀ ਕਾਰਨ ਹੈਗੇ? ਨਹੀਂ ਐਕਚੁਲੀ ਜੇ ਤੁਸੀਂ ਮੇਰੇ ਕੋਲ ਇਹ ਰੈਕਡ ਜਿਹੜੇ ਆ ਦੇਖੋਗੇ ਤਾਂ ਪਿਛਲੇ 16 ਸਾਲ ਤੋਂ ਕੈਨੇਡਾ ਪੋਸਟ ਦਾ ਪ੍ਰੋਫਿਟੇਬਲ ਕੰਪਨੀ ਹੈ। ਹਾਂਜੀ। ਜਿੱਦਾਂ ਹੁਣ ਮੈਂ ਇਹ ਲੈ ਕੇ ਆਈ ਹਾਂ ਸਾਰਾ ਰੈਕਡ ਇਹਦੇ ਵਿੱਚ ਹੈਗਾ 1.2 ਬਿਲੀਅਨ ਜਿੱਦਾਂ ਡਾਲਰ ਪਿਛਲੇ 15 ਸਾਲ ਦੇ ਵਿੱਚ ਫੈਡਰਲ ਗਵਰਨਮੈਂਟ ਨੂੰ ਜਿੱਦਾਂ ਟੈਕਸ ਪੇ ਕੀਤਾ ਆ ਤਾਂ 1.7 ਬਿਲੀਅਨ ਦਾ ਜਿੱਦਾਂ ਇਹਨਾਂ ਨੇ ਪ੍ਰੋਫਿਟ ਦਿਖਾ ਲਿਆ ਪਿਛਲੇ 15 ਸਾਲ ਦੇ ਵਿੱਚ। ਠੀਕ ਹੈ। ਅਤੇ ਹੜਤਾਲ ਜਾਣ ਤੋਂ ਪਹਿਲਾਂ ਜਿਹੜੀ ਯੂਨੀਅਨ ਦੀ ਵੋਟਿੰਗ ਹੁੰਦੀ ਆ ਉਹ ਹੋ ਗਈ? ਹਾਂਜੀ। ਸਾਡੀ ਪਿਛਲੇ ਮਹੀਨੇ ਇਨ ਅਪ੍ਰੈਲ ਸਾਡੀ ਹੋ ਗਈ ਸੀਗੀ ਸਟ੍ਰਾਈਕ ਵੋਟ, ਜਿਹਦੇ ਵਿੱਚ ਮੈਂਬਰਸ ਨੇ 94.5% ਜਿੱਦਾਂ ਇਨ ਫੇਵਰ ਆਫ ਸਟ੍ਰਾਈਕ ਵੋਟ ਕੀਤੀ ਆ। ਅਤੇ ਸਟ੍ਰਾਈਕ 'ਤੇ ਕਦੋਂ ਜਾ ਰਹੇ ਹੈਗੇ? ਅਸੀਂ ਸਟ੍ਰਾਈਕ 'ਤੇ May 25th ਨੂੰ ਜਿੱਦਾਂ ਲੀਗਲੀ ਜਾ ਸਕਦੇ ਹਾਂ ਸਟ੍ਰਾਈਕ 'ਤੇ। ਹਾਂਜੀ। ਅਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤੁਹਾਡੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੂੰਗੀ ਵੀ ਪਬਲਿਕ ਅਵੇਅਰਨੈਸ ਬਹੁਤ ਜ਼ਰੂਰੀ ਆ ਵੀ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਜਦੋਂ ਸਟ੍ਰਾਈਕ 'ਤੇ ਜਾਂਦੇ ਹਾਂ ਵੀ ਕਾਹਦੇ ਲਈ ਜਾਂਦੇ ਹਾਂ। ਇਹ ਬਾਕੀ ਸਾਰੀ ਪਬਲਿਕ ਇਹ ਨਾ ਸੋਚੀ ਵੀ ਇਹ ਯੂਨੀਅਨ ਜ਼ਿਆਦਾ ਇਹ ਇਹਨਾਂ ਦੇ ਵੇਜਿਸ ਆ ਜਾਂ ਜ਼ਿਆਦਾ ਬੈਨੀਫਿਟਸ ਆ ਫਿਰ ਵੀ ਇਹ ਸਟ੍ਰਾਈਕ 'ਤੇ ਕਿਉਂ ਚੱਲੇ ਆ। ਠੀਕ ਹੈ। ਧੰਨਵਾਦ ਅੰਜੂ ਜੀ ਸਾਡੇ ਦਰਸ਼ਕਾਂ ਨਾਲ ਇੰਨੀ ਜਾਣਕਾਰੀ ਸਾਂਝੀ ਕਰਨ ਲਈ। ਥੈਂਕ ਯੂ।